ਦੋਸਤੋ ਜੇ ਤੁਸੀਂ ਵੀ ਨਵੀਂ ਨਵੀਂ ਜੋਬ ਨੋਟੀਫਿਕੇਸ਼ਨ ਆਪਣੇ ਮੋਬਾਈਲ ਪਰ ਨੋਟੀਫਿਕੇਸ਼ਨ ਦੇ ਰੂਪ ਵਿੱਚ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਲਓ। ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਚਾਰ ਵੱਖ ਵੱਖ ਡਿਪਾਰਟਮੈਂਟ ਵਿੱਚ ਹੈ ਜੋਬ ਵੈਕੈਂਸੀਆਂ ਦੀ। ਅਤੇ ਸਭ ਤੋਂ ਪਹਿਲਾਂ ਗੱਲ ਕਰੀਏ ਦੋਸਤੋ, ਜਿਹੜੀ ਪਹਿਲੀ ਜੋਬ ਵੈਕੈਂਸੀ ਹੈ ਦੋਸਤੋ, ਉਹ ਸਟਾਫ ਸਿਲੈਕਸ਼ਨ ਕਮਿਸ਼ਨ SSC ਦੀਆਂ ਜੋਬ ਵੈਕੈਂਸੀਆਂ ਹਨ। ਟੋਟਲ ਨੰਬਰ ਆਫ ਜੋਬਸ 1564 ਹੈ ਅਤੇ ਐਲੀਜੀਬਿਲਿਟੀ ਦੀ ਗੱਲ ਕਰੀਏ, ਗ੍ਰੈਜੂਏਸ਼ਨ ਮੰਗੀ ਗਈ ਹੈ ਅਤੇ ਏਜ ਲਿਮਿਟ ਇਸ ਵਿੱਚ 20 ਤੋਂ 25 ਸਾਲ ਦਾ ਕੋਈ ਵੀ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ। ਅਤੇ ਲਾਸਟ ਡੇਟ ਦੀ ਗੱਲ ਕਰੀਏ 31 ਜੁਲਾਈ 2020 ਹੈ। ਅਤੇ ਜੇ ਤੁਸੀਂ ਇਸ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਸਦੀ ਫੀਸ ਜਰਨਲ ਹੈ ਅਤੇ OBC ਕੈਂਡੀਡੇਟ ਵਾਸਤੇ 100 ਰੁਪਏ ਹੈ। SC ST ਕੈਂਡੀਡੇਟ ਵਾਸਤੇ ਕੋਈ ਫੀਸ ਨਹੀਂ ਹੈ। ਅਤੇ ਸੈਲਰੀ ਦੀ ਗੱਲ ਕਰੀਏ ਦੋਸਤੋ, 35,400 ਤੋਂ ਲੈ ਕੇ 56,800 ਸੈਲਰੀ ਰਹੇਗੀ ਅਤੇ ਜੋਬ ਲੋਕੇਸ਼ਨ ਦਿੱਲੀ ਵਿੱਚ ਤੁਹਾਨੂੰ ਇਹ ਜੋਬ ਮਿਲੇਗੀ। ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ SSC.IN 'ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਅੱਗੇ ਸੈਕਿੰਡ ਜੋਬ ਦੀ ਗੱਲ ਕਰੀਏ ਦੋਸਤੋ, ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਦੀਆਂ ਜੋਬ ਰਿਕਰੂਟਮੈਂਟ ਹੈ ਅਤੇ ਟੋਟਲ ਜੋਬਸ ਨੇ ਜਿਹੜੇ ਉਹ 86 ਹੈ। ਏਜ ਲਿਮਿਟ ਦੀ ਗੱਲ ਕਰੀਏ ਦੋਸਤੋ, 27 ਤੋਂ 35 ਸਾਲ ਦਾ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ। ਅਤੇ ਐਲੀਜੀਬਿਲਟੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ 12ਵੀਂ ਅਤੇ ਗ੍ਰੈਜੂਏਸ਼ਨ ਪਾਸ ਇਸ ਜੋਬ ਲਈ ਅਪਲਾਈ ਕਰ ਸਕਦੇ ਨੇ। ਅਤੇ ਸੈਲਰੀ ਦੀ ਗੱਲ ਕਰੀਏ ਦੋਸਤੋ, 20,000 ਤੋਂ ਲੈ ਕੇ 58,300 ਸੈਲਰੀ। ਅਤੇ ਅਪਲਾਈ ਫੀਸ ਦੀ ਗੱਲ ਕਰੀਏ 750 ਸਾਰੇ ਕੈਂਡੀਡੇਟ ਵਾਸਤੇ, ਜਿਹੜੀ ਨੋਨ ਰਿਫੰਡੇਬਲ ਫੀਸ ਹੈ ਇਹ ਅਪਲਾਈ ਕਰਨੀ ਆਪਾਂ ਨੂੰ ਪੇ ਕਰਨੀ ਪਵੇਗੀ। ਅਤੇ ਜੇ ਤੁਸੀਂ ਅਪਲਾਈ ਔਨਲਾਈਨ ਕਰਨਾ ਚਾਹੁੰਦੇ ਹੋ ਤਾਂ NATBoard.edu.in 'ਤੇ ਜਾ ਕੇ ਸਰਚ ਕਰਕੇ ਤੁਸੀਂ ਇਸ ਨੂੰ ਔਨਲਾਈਨ ਅਪਲਾਈ ਕਰ ਸਕਦੇ ਹੋ ਦੋਸਤੋ। ਅਤੇ ਨੈਕਸਟ ਜੋਬ ਦੀ ਗੱਲ ਕਰੀਏ ਦੋਸਤੋ, ਪੰਜਾਬ ਹੈਲਥ ਡਿਪਾਰਟਮੈਂਟ ਰਿਕਰੂਟਮੈਂਟ 2020 ਵਿੱਚ ਆਈ ਜੋਬ ਵੈਕੈਂਸੀ ਦੋਸਤੋ, ਕਾਫੀ ਵਧੀਆ ਪੇ ਸਕੇਲ ਇਸ 'ਤੇ ਦਿੱਤੀ ਜਾ ਰਹੀ ਹੈ। ਅਤੇ ਟੋਟਲ ਜੋਬ 4,000 ਪਲੱਸ ਜੋਬ ਰਿਕਰੂਟਮੈਂਟ ਹੈ ਇਸ ਵਿੱਚ ਅਤੇ ਪੋਸਟਾਂ ਅਵੇਲੇਬਲ ਨੇ। ਅਤੇ ਏਜ ਲਿਮਿਟ ਦੀ ਗੱਲ ਕਰੀਏ 22 ਤੋਂ 37 ਸਾਲ ਦਾ ਕੈਂਡੀਡੇਟ ਕੋਈ ਵੀ ਇਸ ਨੂੰ ਅਪਲਾਈ ਕਰ ਸਕਦਾ। ਅਤੇ ਏਜ ਲਿਮਿਟ 10th 12th ਗ੍ਰੈਜੂਏਸ਼ਨ ANM ਕੀਤੀ ਹੋਵੇ, ਜਿਹਨੇ GNM ਕੀਤੀ ਹੋਵੇ, ਮੈਡੀਕਲ ਜਾਂ MBBS ਮਤਲਬ ਮੈਡੀਕਲ ਸਟਾਫ ਰਿਲੇਟਡ ਕੋਈ ਵੀ ਵਰਕ ਜਾਣਦਾ ਉਹ ਇਸ ਨੂੰ ਅਪਲਾਈ ਕਰ ਸਕਦਾ। ਅਤੇ ਲਾਸਟ ਡੇਟ 31 ਜੁਲਾਈ 2020 ਹੈ। ਅਤੇ ਸੈਲਰੀ ਜਿਵੇਂ ਕਿ ਤੁਹਾਨੂੰ ਦੱਸ ਦਿੱਤਾ ਕਿ ਪੋਸਟ ਦੇ ਅਕੋਰਡਿੰਗ ਗੁੱਡ ਸੈਲਰੀ ਦਿੱਤੀ ਜਾਂਦੀ ਹੈ। ਅਤੇ ਅਪਲਾਈ ਜੇ ਕਰਨਾ ਚਾਹੁੰਦੇ ਹੋ BFUHS.AC.IN 'ਤੇ ਜਾ ਕੇ ਸਰਚ ਕਰਕੇ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ। ਅਤੇ ਫੋਰਥ ਜੋਬ ਦੀ ਗੱਲ ਕਰੀਏ ਦੋਸਤੋ, ਵੂਮਨ ਐਂਡ ਚਾਈਲਡ ਵੈਲਫੇਅਰ ਡਿਪਾਰਟਮੈਂਟ ਪਟਿਆਲਾ ਵੱਲੋਂ ਆਈ ਜੋਬ ਰਿਕਰੂਟਮੈਂਟ ਹੈ ਦੋਸਤੋ। ਇਸ ਵਿੱਚ ਟੋਟਲ 3 ਪੋਸਟਾਂ ਹਨ ਅਤੇ ਗ੍ਰੈਜੂਏਸ਼ਨ ਲੈਵਲ ਦਾ ਸਟੂਡੈਂਟ ਇਸ ਨੂੰ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ ਹੈ। ਅਤੇ ਏਜ ਲਿਮਿਟ ਦੀ ਗੱਲ ਕਰੀਏ 18 ਤੋਂ 37 ਸਾਲ ਹੈ। ਅਤੇ ਸੈਲਰੀ 35,300 ਤੋਂ ਲੈ ਕੇ 58,900 ਸੈਲਰੀ ਇਸ ਦੀ ਦੱਸੀ ਗਈ ਹੈ। ਅਤੇ ਲਾਸਟ ਡੇਟ 27 ਜੁਲਾਈ 2020 ਹੈ। ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਇਹ ਵੀਡੀਓ ਤੋਂ ਡਿਸਕ੍ਰਿਪਸ਼ਨ ਵਿੱਚ ਇਸਦਾ ਲਿੰਕ ਦੇ ਦੇਵਾਂਗੇ, ਜਿੱਥੋਂ ਤੁਸੀਂ ਸਿੱਧਾ ਕਲਿੱਕ ਕਰਕੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਉੱਪਰ ਪਹੁੰਚ ਕੇ ਇਹਨਾਂ ਦਾ ਫੋਰਮ ਡਾਊਨਲੋਡ ਕਰ ਸਕੋਗੇ। ਓਕੇ ਦੋਸਤੋ, ਜੇ ਫਿਰ ਵੀ ਕੋਈ ਫੋਰਮ ਤੁਸੀਂ ਇਸ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਸਦਾ ਨਾਮ ਲਿਖੋ। ਮੈਂ ਨੈਕਸਟ ਵੀਡੀਓ ਉਸਨੂੰ ਮੋਬਾਈਲ ਉੱਪਰ ਕਿਵੇਂ ਅਪਲਾਈ ਕਰਨਾ ਹੈ ਤੁਹਾਨੂੰ ਉਹ ਦੱਸ ਦੇਗਾ। ਅਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਆ ਕਰੋ।